ਚੀਜ਼ਾਂ ਦੇ ਮੰਦਰ ਕਹੇ ਜਾਣ ਵਾਲੇ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਤੋਂ ਬਾਅਦ ਇਸ ਨੂੰ 28 ਤਰੀਕ ਨੂੰ ਖੋਲ੍ਹਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਜਿੱਥੇ ਜਲ੍ਹਿਆਂਵਾਲੇ ਬਾਗ ਸ਼ਹੀਦ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਬਣਦਾ ਮਾਣ ਸਤਿਕਾਰ ਅਤੇ ਮੁਆਵਜ਼ਾ ਦੇਣ ਦੀ ਅਪੀਲ ਵੀ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਸੁਨੀਲ ਕਪੂਰ ਅਤੇ ਕਮਲ ਪੋਦਾਰ ਨੇ ਦੱਸਿਆ ਕਿ ਬਹੁਤ ਹੀ ਚੰਗੀ ਅਤੇ ਸ਼ਲਾਘਾਯੋਗ ਗੱਲ ਹੈ ਕਿ ਜੇ ਕੇਂਦਰ ਸਰਕਾਰ ਵੱਲੋਂ 28 ਤਰੀਕ ਨੂੰ ਜਲ੍ਹਿਆਂਵਾਲਾ ਬਾਗ ਜੋ ਕਿ ਸ਼ਹੀਦਾਂ ਦਾ ਮੰਦਰ ਵੀ ਹੈ ਉਸ ਨੂੰ ਮੁੜ ਤੋਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਜਿਸ ਦੀ ਅਸੀਂ ਸ਼ਲਾਘਾ ਕਰਦੇ ਹਾਂ ਪਰ ਕੇਂਦਰ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਉਹ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਬਣਦਾ ਮਾਣ ਸਨਮਾਨ ਅਤੇ ਮੁਆਵਜ਼ਾ ਅਤੇ ਤਾਮਰ ਪਾਤਰ ਦੇਣ ਦਾ ਜੋ ਦੇਸ਼ ਦੇ ਲਈ ਜਾਨਾਂ ਵਾਰਨ ਵਾਲੇ ਇਹਨਾਂ ਸ਼ਹੀਦਾਂ ਪਰਿਵਾਰਾਂ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਧਾਰਾ 370 ਹਟਾ ਸਕਦੇ ਹਨ ਤਾਂ ਇਹਨਾਂ ਸ਼ਹੀਦਾਂ ਦੇ ਪਰਿਵਾਰ ਨੂੰ ਬਣਦਾ ਹੱਕ ਕਿਉਂ ਨਹੀਂ ਦਵਾ ਸਕਦੇ ਇਸ ਦੇ ਲਈ ਅਸੀਂ ਮੁੜ ਤੋਂ ਉਹਨਾਂ ਨੂੰ ਇਹਨਾਂ ਪਰਿਵਾਰਾਂ ਦੇ ਸਹਾਰ ਲੈਣ ਦੀ ਅਪੀਲ ਕਰਦੇ ਹਾਂ ਦੇਖੋ ਮੇਰਾ ਨਾਮ ਸੁਨੀਲ ਕਪੂਰ ਹੈ ਮੇਰੇ ਪੜਦਾਦਾ ਸ਼੍ਰੀ ਲਾਲਾ ਵਾਸੂਮਲ ਕਪੂਰ ਜੀ ਦੋ ਗੋਲੀਆਂ ਲੱਗਣ ਨਾਲ ਰੋਲਟ ਐਕਟ ਦੇ ਅਗੇਂਸਟ ਇੱਥੇ ਸ਼ਹੀਦ ਹੋਏ ਸਨ ਉਹਨਾਂ ਦੀ ਸ਼ਹਾਦਤ ਦੇ ਵਿੱਚ ਉਹਨਾਂ ਨੇ ਤਨ ਮਨ ਤੋਂ ਇਹ ਜਿਹੜਾ ਸ਼ਹਾਦਤ ਦਾ ਜਾਮ ਪੀਤਾ ਇਸ ਦੇ ਨਾਲ ਨਾਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ 28 ਤਰੀਕ ਨੂੰ ਇਹਦਾ ਦੁਬਾਰਾ ਤੋਂ ਨਵੀਨੀਕਰਨ ਕਰਕੇ ਇਹਦਾ ਉਦਘਾਟਨ ਕਰ ਰਹੇ ਨੇ ਵਰਚੁਅਲ ਉਹਦੇ ਲਈ ਅਸੀਂ ਸਾਰੇ ਪਰਿਵਾਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਦੇਸ਼ ਲਈ ਇਹ ਦੁਬਾਰਾ ਜਿਹੜਾ ਜਲ੍ਹਿਆਂਵਾਲੇ ਬਾਗ ਦਾ ਮੰਦਰ ਹੈ ਉਹ ਦੁਬਾਰਾ ਖੁੱਲ੍ਹ ਰਿਹਾ ਹੈ ਔਰ ਇਸ ਲਈ ਅਸੀਂ ਉਹਨਾਂ ਦਾ ਸ਼ਲਾਘਾਯੋਗ ਕੰਮ ਦੇ ਉੱਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਨਾਲ 102 ਸਾਲ ਬੀਤਣ ਤੋਂ ਬਾਅਦ ਵੀ ਅੱਜ ਤੱਕਨ ਜਿਹੜਾ ਇਹ ਪਰਿਵਾਰਾਂ ਨੂੰ ਨਾ ਤਾਮਰ ਪੱਤਰ ਦਿੱਤੇ ਗਏ ਨਾ ਸਰਟੀਫਿਕੇਟ ਦਿੱਤੇ ਗਏ ਨਾ ਸਹੂਲਤਾਂ ਦਿੱਤੀਆਂ ਗਈਆਂ ਸੋ ਮੈਂ ਪ੍ਰਧਾਨ ਮੰਤਰੀ ਸਾਹਿਬ ਤੋਂ ਆਪ ਦੇ ਚੈਨਲ ਦੇ ਦੁਆਰਾ ਮਾਧਿਅਮ ਦੇ ਦੁਆਰਾ ਅਸੀਂ ਇੱਕ ਸੰਦੇਸ਼ ਭੇਜਣਾ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਅਗਰ ਜੇ ਤੁਸੀਂ ਦੇਸ਼ ਦੇ ਵਿੱਚੋਂ 370 ਧਾਰਾ ਹਟਾ ਸਕਦੇ ਹੋ ਦੇਸ਼ ਦੇ ਵਿੱਚੋਂ ਜੇਕਰ ਤੁਸੀਂ ਰਾਮ ਮੰਦਰ ਬਣਾ ਸਕਦੇ ਹੋ ਅਤੇ ਇਹਨਾਂ ਸ਼ਹੀਦ ਪਰਿਵਾਰਾਂ ਨੂੰ 102 ਸਾਲ ਬਾਅਦ ਵੀ ਜਿਹੜਾ ਨਿਆਂ ਆ ਉਹਨਾਂ ਦਾ ਦਿਲਾ ਸਕਦੇ ਹੋ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਦੁਬਾਰਾ ਤੋਂ ਫਿਰ ਸ਼੍ਰੀ ਨਰਿੰਦਰ ਮੋਦੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆ ਜਿਹੜਾ ਸ਼ਹੀਦਾਂ ਦਾ ਮੰਦਿਰ ਹੈ ਔਰ ਦੂਸਰਾ ਗੁਰੂ ਸਾਹਿਬ ਦੇ ਬਿਲਕੁਲ ਨਾਲ ਘਰ ਦੇ ਨਾਲ ਇਹ ਸ਼ਹੀਦਾਂ ਦਾ ਵੀ ਮੰਦਿਰ ਹੈ ਅਤੇ ਇਹਨਾਂ ਨੂੰ ਖੋਲ੍ਹ ਕੇ ਉਹਨਾਂ ਨੇ ਬਹੁਤ ਇੱਕ ਸ਼ਲਾਘਾਯੋਗ ਕੰਮ ਕੀਤਾ ਉਹਨਾਂ ਲਈ ਧੰਨਵਾਦ ਕਰਦੇ ਮੇਰਾ ਨਾਮ ਕਮਲ ਪੋਦਾਰ ਹੈ ਮੇਰੇ ਦਾਦਾ ਜੀ ਸ਼੍ਰੀ ਲਕਸ਼ਮੀ ਚੰਦ ਜੀ ਪੋਦਾਰ ਇੱਥੇ ਸ਼ਹੀਦ ਹੋਏ ਸੀ ਜਲ੍ਹਿਆਂਵਾਲੇ ਬਾਗ ਦੇ ਵਿੱਚ ਰੋਲਟ ਐਕਟ ਦੇ ਵਿਰੋਧ ਦੇ ਵਿੱਚ ਜਿਸਲੇ ਸਾਰੀ ਜਨ ਸਭਾ ਹੋ ਰਹੀ ਸੀ ਉਸ ਦੇ ਵਿੱਚ ਮੇਰੇ ਦਾਦੇ ਜੀ ਵੀ ਸ਼ਾਮਿਲ ਸੀ ਅਤੇ ਉੱਥੇ ਸ਼ਹੀਦ ਹੋਏ ਸੀ ਬਾਕੀ ਸਾਨੂੰ ਅੱਜ ਤੱਕ 102 ਸਾਲ ਹੋ ਗਏ ਇੱਥੇ ਗੋਲੀ ਚੱਲੀਆਂ ਬਾਕੀ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਗੌਰਮੈਂਟ ਵੱਲੋਂ ਨਾ ਸਾਨੂੰ ਕੋਈ ਬੰਦੇ ਹੱਕ ਸਾਡੇ ਸਹੂਲਤਾਂ ਦਿੱਤੀਆਂ ਗਈਆਂ ਨਾ ਤਾਮਰ ਪੱਤਰ ਦਿੱਤਾ ਗਿਆ ਨਾ ਕੋਈ ਜਿਹੜਾ ਹੈ ਫਰੀਡਮ ਫਾਈਟਰ ਦਾ ਸਰਟੀਫਿਕੇਟ ਦਿੱਤਾ ਗਿਆ ਅਤੇ ਉਹ ਸਭ ਦਿੱਤੇ ਜਾਣ ਅੱਜ ਕੀ ਕੀਤਾ ਤੁਸੀਂ ਅਸੀਂ ਨਰਿੰਦਰ ਮੋਦੀ ਜੀ ਦਾ ਖੂਬ ਧੰਨਵਾਦ ਕਰਨੇ ਹਾਂ ਕਿ ਇਹ ਸਾਡਾ ਮੰਦਿਰ ਜਿਹੜਾ ਸ਼ਹੀਦਾਂ ਦਾ ਮੰਦਿਰ ਖੋਲ੍ਹਿਆ ਜਾ ਰਿਹਾ ਇਸ ਕਰਕੇ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਬਾਕੀ ਜਿਹੜੇ ਸ਼ਹੀਦਾਂ ਦੇ ਪਰਿਵਾਰ ਜਿਹੜੇ ਨੇ ਨਾ ਉਹਨਾਂ ਨੂੰ ਜਿਹੜੀ ਇਹ ਬੰਦੀ ਸਹੂਲਤਾਂ ਦਿੱਤੀਆਂ ਜਾਣ ਆਵਾਜ਼ੇ ਕਾਮ ਟੀਵੀ ਲਈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ